ਉਹਦੇ ਚਾਹ ਲਿਆ ਦੇ ਘੁੱਟ ਮੈਨੂੰ ਬਣਾ ਕੇ ਮੰਮੀ ਮੈਂ ਮਾੜੇ ਦੇ ਝਾੜੂ ਮਾਰ ਲਾ ਲਿਆ ਦੇ ਦਿਆਂ ਤੁਹਾਨੂੰ ਚਾਹ ਓਹੋ ਝਾੜੂ ਮਾਰਨ ਨੂੰ ਕਿਹੜਾ ਪ੍ਰਾਹੁਣਿਆਂ ਨੇ ਆਉਣਾਗਾ ਪਰ ਮੰਮੀ ਦੇਖੋ ਤੁਸੀਂ ਕੂੜਾ ਕਿੰਨਾ ਪਿਆ ਪਿਆ ਵਾ ਮੈਂ ਚੱਕ ਕੇ ਕੂੜਾ ਫਿਰ ਤੁਹਾਨੂੰ ਲਿਆ ਦੇਣੀ ਆ ਚਾਹ ਨਹੀਂ ਮੇਰੀ ਤਾਂ ਜਾਨ ਨਿਕਲੀ ਜਾਂਦੀ ਆ ਤੈਨੂੰ ਝਾੜੂ ਦੀ ਬਣੀ ਆ ਓਹੋ ਬੇਬੇ ਕਿਉਂ ਰੌਲਾ ਪਾਇਆ ਹੋਇਆ ਕਰ ਦਿੰਦੀ ਆ ਨਾ ਚਾਹ ਮੈਂ ਨੀ ਤੂੰ ਕਾਹਨੂੰ ਕਰਕੇ ਦਿੰਨੀ ਐ ਤੈਨੂੰ ਤਾਂ ਆਇਆ ਕਦੋਂ ਬੁੜੀ ਮਰੇ ਇਹਦੇ ਨਾਲ ਖੜਾ ਛੁੱਟੇ ਆਈ ਨਹੀਂ ਮੈਂ ਮਰਦੀ ਓਹੋ ਬੇਬੇ ਤੂੰ ਤਾਂ ਸਵੇਰੇ ਸਵੇਰੇ ਆਵਾ ਤਵਾ ਬੋਲਣ ਲੱਗ ਜਾਂਦੀ ਆ ਮੈਂ ਕਦੇ ਤੈਨੂੰ ਮੋੜ ਕੇ ਜਵਾਬ ਦਿੱਤਾ ਵੀ ਹਾਂ ਆ ਚੀਜ਼ ਮੈਂ ਨਹੀਂ ਲਿਆ ਕੇ ਦੇਣੀ ਨਹੀਂ ਬਹੁਤਾ ਨਾ ਬੋਲ ਮੇਰੇ ਨਾਲ ਚੁੱਪ ਕਰਕੇ ਚਾਹ ਬਣਾ ਦੇ ਨਾਲੇ ਮਾੜਾ ਮੋਟਾ ਮਿੱਠਾ ਪਾ ਦਿਆ ਕਰ ਫਿੱਕੀ ਚੱਕ ਕੇ ਫੜਾ ਦਿੰਨੀ ਆ ਬੇਬੇ ਤੁਹਾਨੂੰ ਸ਼ੂਗਰ ਹੋ ਜਾਣਾ ਜੇ ਮੈਂ ਚਾਹ 'ਚ ਮਿੱਠਾ ਜ਼ਿਆਦਾ ਪਾਤਾ ਨਹੀਂ ਕਿਧਰੇ ਨਹੀਂ ਮੈਨੂੰ ਸ਼ੂਗਰ ਹੁੰਦਾਗਾ ਤੂੰ ਪਾ ਦੇ ਭੋਰਾ ਮਿੱਠਾ ਚੱਲ ਠੀਕ ਹੈ ਬੇਬੇ ਤੂੰ ਕਿਹੜਾ ਮੰਨਦੀ ਆ ਪਾ ਦਿੰਦੀ ਆ ਮੈਂ ਹੋਰ ਬੇਬੇ ਕਰ ਲਿਆ ਕੰਮ ਧੰਦਾ ਮੈਂ ਤਾਂ ਕਰ ਲਿਆ ਮਾਰਾ ਖੇਤ ਕਿਹੜਾ ਹਾਂ ਬੇਬੇ ਜਾਇਆ ਖੇਤ ਤਾਂ ਮੈਂ ਅੱਛਾ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਤੇਰੇ ਤਾਈ ਬਚਨ ਉਹਨਾਂ ਕੋਲ ਜਾਇਆ ਆਉਂਦਾ ਉਹ ਜਿਹੜੇ ਆਪਣੀ ਸਬਜ਼ੀ ਬੀਜੀ ਉਹਦੇ ਵਿੱਚ ਕੱਖ ਜੇ ਨੇ ਵਾਲੀ ਉਹ ਕੱਢ ਦਿੰਦੀਆਂ ਕੋਈ ਨਾ ਬੇਬੇ ਜਾਇਆ ਆਉਣਾ ਮੈਂ ਚੱਲ ਚਾਹ ਤਾਂ ਬਣ ਗਈ ਇਹ ਵੀ ਆਏ ਬੈਠੇ ਨੇ ਇਹਨਾਂ ਨੂੰ ਵੀ ਮੈਂ ਲਈ ਜਾਣੀ ਆ ਚਾਹ ਲੈ ਬੇਬੇ ਕਦੇ ਤਾਂ ਸਲਾਈਆਂ ਦਾ ਖੜਾ ਛੱਡ ਦਿਆ ਕਰ ਪੁੱਤ ਕੀ ਕਰਾਂ ਮੈਂ ਤਾਂ ਵਿਹਲੇ ਨਹੀਂ ਬੈਠਾ ਜਾਂਦਾ ਤੈਨੂੰ ਪਤਾ ਇਹਦੀ ਕਿੰਨੀ ਨਿਗਾਹ ਲੱਗਦੀ ਹੈ ਚੱਲ ਕੋਈ ਨਾ ਪੁੱਤ ਵਿਹਲੇ ਬੈਠੇ ਆ ਲਓ ਬੇਬੇ ਚਾਹ ਪੀ ਲਓ ਆ ਲਓ ਤੁਸੀਂ ਵੀ ਨਾਲੇ ਤੈਨੂੰ ਪਤਾ ਮੈਂ ਫਿੱਕੀ ਚਾਹ ਨਹੀਂ ਪੀਂਦਾ ਓਹੋ ਇਹਦੇ ਇਹ ਜਮਾ ਫਿੱਕੀ ਨਹੀਂ ਹੈਗੀ ਇਹਦੇ ਵਿੱਚ ਮੈਂ ਮਿੱਠਾ ਪਾਇਆ ਹੋਇਆ ਬੇਬੇ ਨੂੰ ਵੀ ਤੂੰ ਮਿੱਠੀ ਚਾਹ ਦਿੱਤੀ ਹੈ ਹਾਂ ਬੇਬੇ ਨੇ ਕਿਹਾ ਸੀਗਾ ਕਿ ਮੈਂ ਮਿੱਠੇ ਵਾਲੀ ਚਾਹ ਪੀਣੀ ਆ ਬੇਬੇ ਤੈਨੂੰ ਡਾਕਟਰ ਨੇ ਕਿਹਾ ਤਾਂ ਹੈਗਾ ਵੀ ਮਿੱਠੀ ਨਾ ਚਾਹ ਨਾ ਪੀਆ ਕਰ ਸ਼ੂਗਰ ਵਾਜੂ ਤੇਰਾ ਤੇ ਨਾਲੇ ਤੂੰ ਤਾਂ ਸੋਚ ਲਿਆ ਕਰ ਵੀ ਬੇਬੇ ਨੂੰ ਮਿੱਠੀ ਚਾਹ ਨਹੀਂ ਦੇਣੀ ਲੈ ਜੇ ਮੈਂ ਮਿੱਠਾ ਨਾ ਪਾਵਾਂ ਤਾਂ ਬੇਬੇ ਬੋਲਣ ਲੱਗ ਜਾਂਦੀ ਆ ਜੇ ਮੈਂ ਪਾ ਦਵਾਂ ਤਾਂ ਤੁਸੀਂ ਲੜਨ ਲੱਗ ਜਾਂਦੇ ਹੋ ਮੈਨੂੰ ਦੱਸੋ ਮੈਂ ਕੀ ਕਰਾਂ ਓਹੋ ਪੁੱਤ ਤੁਸੀਂ ਕਾਦੇ ਵਾਸਤੇ ਲੜਦੇ ਹੋ ਮੈਨੂੰ ਫਿੱਕੀ ਚਾਹ ਸਵਾਦ ਲੱਗਦੀ ਤਾਂ ਕਹਤਾ ਸੀ ਵੀ ਥੋੜਾ ਕਣਾ ਮਿੱਠਾ ਪਾ ਦੇ ਬੇਬੇ ਤੂੰ ਵੀ ਹੱਦ ਹੀ ਕਰਦੀ ਐ ਤੈਨੂੰ ਕਿੰਨੇ ਵਾਰੀ ਆਖਿਆ ਮਿੱਠਾ ਨਾ ਖਾਇਆ ਕਰ ਤੂੰ ਹੱਟਦੀ ਨਹੀਂ ਪਰ ਪੁੱਤ ਕੀ ਕਰਾਂ ਕਦੇ ਮੇਰਾ ਵੀ ਮਨ ਕਰੇ ਆਉਂਦਾ ਕੁਝ ਖਾਣ ਪੀਣ ਨੂੰ ਮਿੱਠਾ ਆ ਇਹ ਜੀ ਚੰਦਰੀ ਬਿਮਾਰੀ ਲੱਗੀ ਆ 2 ਸਾਲ ਹੋ ਗਏ ਮੇਰਾ ਤਾਂ ਖਾਣਾ ਪੀਣਾ ਹੀ ਛੁੱਟ ਗਿਆ ਬੇਬੇ ਪਰਹੇਜ਼ ਤਾਂ ਰੱਖਣਾ ਹੀ ਪੈਂਦਾ ਨਹੀਂ ਤੇਰਾ ਸ਼ੂਗਰ ਵਾਜੂ ਫਿਰ ਸੱਚ ਪੁੱਤ ਸ਼ੂਗਰ ਤੋਂ ਜ਼ਿਆਦਾ ਆ ਮੇਰੀਆਂ ਤਾਂ ਸ਼ੂਗਰ ਵਾਲੀਆਂ ਗੋਲੀਆਂ ਮੁੱਕੀਆਂ ਪਈਆਂ ਜਾਂ ਮੇਜਰ ਡਾਕਟਰ ਤੋਂ ਫੜ ਕੇ ਲਿਆ ਪੁੱਤ ਚੱਲ ਬੇਬੇ ਮੈਂ ਜਾਣਾ ਲੈ ਗੱਲਾਂ ਗੱਲਾਂ 'ਚ ਚਾਹ ਹੀ ਠੰਡੀ ਹੋ ਗਈ ਚਲੋ ਆਈ ਕਰੋ ਮੈਂ ਗਰਮ ਕਰਕੇ ਲਿਆ ਦਿੰਦੀ ਹਾਂ ਦੁਬਾਰਾ ਨਹੀਂ ਨਹੀਂ ਚੱਲ ਮੈਂ ਹੀ ਪੀ ਲੈਣਾ ਬੇਬੇ ਤੁਹਾਡੀ ਚਾਹ ਤਾਂ ਨਹੀਂ ਠੰਡੀ ਹੋਈ ਮੈਂ ਗਰਮ ਕਰਕੇ ਲਿਆ ਦਿੰਦੀ ਹਾਂ ਪੁੱਤ ਮੈਂ ਤਾਂ ਇਹ ਚਾਹ ਪੀਂਦੀ ਨਹੀਂ ਮੈਂ ਤਾਂ ਫਿੱਕੀ ਵੀ ਬਣਾ ਕੇ ਲਿਆ ਦੇ ਚੱਲ ਠੀਕ ਆ ਬੇਬੇ ਚੱਲ ਬੇਬੇ ਮੈਂ ਲਿਆ ਕੇ ਦਿੰਦਾ ਤੈਨੂੰ ਦਵਾਈ ਠੀਕ ਹੈ ਚੰਗਾ ਪੁੱਤ ਰੈਸਟ ਕਰ ਲਈ ਹੁਣ ਨਾ ਲੱਗੀ ਚੰਗਾ ਲੈ ਕੇ ਆਉਂਦੀ ਬੇਬੇ ਮੈਂ ਚਾਹ ਬਣਾ ਕੇ ਚੰਗਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਮਿੱਠੇ ਵਾਲੀ ਚਾਹ ਤੋਂ ਪੀਤੀ ਵੀ ਨਹੀਂ ਜਾਣੀ ਹੈਗੀ ਹਾਂ ਪੁੱਤ ਫਿਰ ਮੈਂ ਹੀ ਜਿੱਦ ਕਰ ਲਈ ਮੇਰਾ ਦਿਲ ਜਿਹਾ ਕਰਿਆ ਮਿੱਠਾ ਖਾਣ ਨੂੰ ਕੁੜੇ ਸਿਮਰਨ ਹਾਂਜੀ ਬੇਬੇ ਕਿੰਨੇ ਕੁ ਰਹਿ ਗਏ ਪੁੱਤ ਕੱਪੜੇ ਬਸ ਬੇਬੇ ਇੱਕੋ ਹੀ ਸੂਟ ਰਹਿ ਗਿਆ ਬਾਕੀ ਤਾਂ ਧੋਤੇ ਗਏ ਮੇਰੇ ਨਾ ਲੱਤਾਂ 'ਚ ਬਾਲਾ ਦਰਦ ਹੋ ਹੀ ਜਾਂਦਾ ਮੇਰੇ ਮਾੜੇ ਜਿਹੇ ਲੱਤਾਂ ਹੀ ਘੁੱਟ ਦਿੰਦੀ ਹਾਂਜੀ ਬੇਬੇ ਮੈਂ ਘੁੱਟ ਦਿੰਦੀ ਆ ਘੁੱਟ ਦੇ ਪੁੱਤ ਬੇਬੇ ਮੇਰਾ ਵੀ ਸਿਰ ਬਹੁਤ ਦੁਖੀ ਜਾਂਦਾ ਗੋਲੀ ਲੈ ਲੈਂਦੀ ਪੁੱਤ ਬੇਬੇ ਗੋਲੀ ਤਾਂ ਮੈਂ ਲਈ ਸੀਗੀ ਨਹੀਂ ਪੁੱਤ ਅੰਦਰ ਪਈ ਐ ਮੇਰੀ ਅਲਮਾਰੀ 'ਚ ਤੇ ਉੱਥੋਂ ਚੱਕ ਕੇ ਲੈ ਲੈ ਤੂੰ ਗੋਲੀ ਬੇਬੇ ਮੈਂ ਗੋਲੀ ਪਹਿਲੇ ਹੀ ਲੈ ਲਈ ਆ ਮੈਂ ਐ ਸੋਚਦੀ ਆ ਵੀ ਆ ਕੱਪੜੇ ਜੇ ਸੁੱਕੜੇ ਪਾ ਕੇ ਨਾ ਮੈਂ ਬਿੰਦ ਘੜੀ ਸੌ ਜੂਗੀ ਠੀਕ ਹੋ ਜੂਗੀ ਫਿਰ ਪੁੱਤ ਕੱਪੜੇ ਤਾਂ ਮੈਂ ਹੌਲੀ ਹੌਲੀ ਪਾ ਦੂੰਗੀ ਸੁੱਪਣੇ ਤੂੰ ਆਰਾਮ ਕਰ ਲੈ ਗੋਲੀ ਲੈ ਕੇ ਜਾ ਨਹੀਂ ਨਹੀਂ ਕੋਈ ਨਾ ਬੇਬੇ ਇੱਕੋ ਹੀ ਸੂਟ ਆ ਮੈਂ ਜਾਂਦੀ ਜਾਂਦੀ ਪਾ ਦੂੰਗੀ ਨਾ ਪੁੱਤ ਤੂੰ ਆਰਾਮ ਕਰ ਲੈ ਮੈਂ ਆਪੇ ਪਾ ਦੂੰਗੀ ਚੱਲ ਠੀਕ ਆ ਬੇਬੇ ਹੋਰ ਕੁੱਟਾ ਲੱਤਾ ਤੁਹਾਡੀ ਨਾ ਬਸ ਪੁੱਤ ਤੇਰੇ ਤਾਂ ਪਹਿਲੇ ਸਿਰ ਦੁਖੀ ਜਾਂਦਾ ਗਾ ਚਲੋ ਠੀਕ ਆ ਬੇਬੇ ਮੈਂ ਰੈਸਟ ਕਰਦੀ ਹਾਂ ਕਰ ਬੇਟੀ
ਬੇਬੇ ਤੂੰ ਕਿਵੇਂ ਸੁੰਬਰ ਲੱਗੀ ਪਈ ਐ ਤੇਰੇ ਤਾਂ ਗੋਡੇ ਦੁਖਦੇ ਸੀ ਬੇ ਪੁੱਤ ਸਿਵਰਨ ਦਾ ਸਿਰ ਦੁਖਦਾ ਸੀਗਾ ਤਾਂ ਕਰਕੇ ਮੈਂ ਸੰਭਰਨ ਲੱਗ ਗਈ ਵਾਲਾ ਕੂੜਾ ਪਿਆ ਸੀ ਖਿਲਰਿਆ ਅੱਜ ਫੇਰ ਇਹਦਾ ਸਿਰ ਦੁਖੀ ਜਾਂਦਾ ਹਾਂ ਪੁੱਤ ਤਾਂ ਤੀਜੇ ਦਿਨ ਲੱਗ ਜਾਂਦਾ ਸਿਰ ਦਰਦ ਕਰਨ ਤੂੰ ਮੇਜੇ ਡਾਕਟਰ ਕੋਲ ਲੈ ਜਾ ਉਹ ਤੋਂ ਟੀਕਾ ਟਾਕਾ ਲਵਾਇਆ ਚੱਲ ਸਿਮਰ ਖੜੀ ਹੋ ਫਿਰ ਚੱਲ ਮੇਰੇ ਨਾਲ ਬੈਠ ਤੇਰੇ ਟੀਕਾ ਲਵਾ ਕੇ ਲੈ ਕੇ ਆਵਾਂ ਹਾਏ ਟੀਕਾ ਮੈਂ ਨਹੀਂ ਲਗਵਾਉਣਾ ਟੀਕਾ ਇਹ ਟੀਕਾ ਤਾਂ ਤੁਹਾਨੂੰ ਲਵਾਉਣਾ ਹੀ ਪਊ ਸਿਮਰ ਨਾ ਆਏ ਕਿੱਥੇ ਆਰਾਮ ਆਉਂਦਾ ਨਾਲੇ ਘਰ ਦਾ ਸਾਰਾ ਕੰਮ ਪਿਆਗਾ ਮੈਥੋਂ ਕੱਲੀ ਤੋਂ ਕਿੱਥੇ ਹੁੰਦਾਗਾ ਕੋਈ ਨਾ ਬੇਬੇ ਮੈਂ ਗੋਲੀ ਲੈ ਕੇ ਨਾ ਆਪੇ ਘਰ ਦਾ ਕੰਮ ਕਰ ਲੂੰਗੀ ਕੀ ਕਰਨੇ ਕੀ ਘਰ ਦਾ ਕੰਮ ਨਾ ਤੂੰ ਮੂੰਹ ਨਹੀਂ ਕਿ ਦੇਖ ਜਾਂਦਾ ਜਾ ਲੈ ਕੇ ਜਾ ਡਾਕਟਰ ਦੇ ਦਵਾ ਕੇ ਲਿਆ ਟੀਕਾ ਬੇਬੇ ਤੁਹਾਨੂੰ ਪਤਾ ਤਾਂ ਹੈਗਾ ਮੇਰੇ ਟੀਕਾ ਪੱਕ ਜਾਂਦਾ ਆ ਮੈਂ ਨਹੀਂ ਲਗਵਾਉਣਾ ਟੀਕਾ ਸਿਮਰ ਬੇਬੇ ਸਹੀ ਕਹਿੰਦੀ ਹੈਗੀ ਚੱਲ ਟੀਕਾ ਲਵਾ ਕੇ ਲੈ ਕੇ ਆਵਾਂ ਤੇਰੇ ਮੈਂ ਗੱਲ ਸੁਣਾ ਤੂੰ ਮੂੰਹ ਨਹੀਂ ਕਿ ਦੇਖਦਾ ਜਾ ਡਾਕਟਰ ਨੂੰ ਉਰੇ ਸੱਦ ਕੇ ਲਿਆ ਚੱਲ ਠੀਕ ਆ ਬੇਬੇ ਜਾਂਦਾ ਮੈਂ ਟੀਕਾ ਲਵਾਉਣ ਨੂੰ ਕਿਹੜਾ ਤੂੰ ਨਿਆਣੀ ਆ ਮਟਿਆਰ ਆ ਸੁੱਖ ਨਾਲ ਬੇਬੇ ਰੋਟੀ ਲਿਆ ਮੈਨੂੰ ਬੇ ਪੁੱਤ ਇਹ ਤੋਂ ਪਹਿਲਾਂ ਨਾ ਮੈਂ ਦੋ ਟੋਕਰੇ ਭਾਂਡਿਆਂ ਦੇ ਮਾਂਜ ਕੇ ਹਟੀ ਹੈਗੀ ਆਹ ਹੁਣ ਪਏ ਸੀ ਮੈਂ ਚੱਲ ਆ ਵੀ ਮਾਂਜਦਾ ਸਿਮਰਨ ਨੂੰ ਕਹਿ ਦੇ ਅੰਦਰ ਬੈਠੀ ਆ ਉਹ ਫੜਾ ਦੂਗੀ ਰੋਟੀ ਆ ਸਾਰਾ ਦਿਨ ਮੈਂ ਤਾਂ ਕੰਮ 'ਚ ਹੀ ਲੱਗੀ ਰਹਿੰਦੀ ਹੈਗੀ ਆਹ ਨਾ ਹੱਥ ਖਰਾਬ ਹੋ ਗਏ ਮੇਰੇ ਕੰਮ ਕਰਦੀ ਕਰਦੀ ਦੇ ਇੱਕ ਸਿਮਰਨ ਦੇ ਇਹੋ ਜਿਹੇ ਪਏ ਕਿੱਡੇ ਸੋਹਣੇ ਜੇ ਕੰਮ ਕਰੇ ਤਾਂ ਫੇਰ ਹੀ ਖਰਾਬ ਹੋਣ ਮਹੱਤਵ ਨੂੰ ਲਾਈ ਰੱਖਦੀ ਹੈਗੀ ਭਾਂਡਿਆਂ ਦੇ ਸਾਰਾ ਦਿਨ ਕੀ ਕਰਾਂ ਮੈਨੂੰ ਤਾਂ ਕਰਨਾ ਹੀ ਪੈਂਦਾ ਗਾ ਲੋਕ ਕੀ ਕਹਿਣਗੇ ਇੱਥੇ ਆਏ ਵੀ ਘਰੇ ਇੰਨਾ ਖਿਲਾਰ ਖਿਲਰਿਆ ਪਿਆ ਗਾ ਆਪ ਚੈਕੜੀਆਂ ਬੈਠੀਆਂ ਨੇ ਉਹ ਸਿਮਰ ਗੱਲ ਸੁਣੀ ਮੇਰੀ ਹਾਂਜੀ ਪੂਰਾ ਗੱਲ ਸੁਣ ਮੇਰੀ ਆ ਗਈ ਹਾਂਜੀ ਬੋਲੋ ਉਹ ਰੋਟੀ ਲਿਆ ਦੇ ਯਾਰ ਮੈਨੂੰ ਰੋਟੀ ਤਾਂ ਹਜੇ ਪਕਾਉਣੀ ਆ ਚੱਲ ਫਿਰ ਚਾਹ ਪਈ ਹੂੰ ਚਾਹ ਲਿਆ ਦੇ ਹਾਂ ਚਾਹ ਤਾਂ ਪਈ ਆ ਮੈਂ ਚਾਹ ਲਿਆ ਦਿੰਦੀ ਆ ਫਿਰ ਮੈਂ ਰੋਟੀਆਂ ਤੋਂ ਲਾ ਕੇ ਤੁਹਾਨੂੰ ਦਿੰਦੀ ਆ ਹਾਂ ਜਾ ਚਲ ਸਿਮਰਨ ਦਾ ਪੁੱਤ ਹਟ ਗਿਆ ਤੇਰਾ ਸਿਰ ਦਰਦ ਕਰਨ ਹਾਂਜੀ ਬੇਬੇ ਮੈਂ ਗੋਲੀ ਲੈ ਲਈ ਸੀ ਨਾ ਹੁਣ ਠੀਕ ਆ ਜਦੋਂ ਤੋਂ ਤੂੰ ਆ ਠਿਕਰਾ ਜਿਹਾ ਚੱਕ ਲੈਣੀ ਹੈ ਉਹ ਤਾਂ ਦਰਦ ਕਰਨ ਨੂੰ ਫੜ ਜਾਂਦਾ ਤੇਰਾ ਸਿਰ ਜੇ ਕੰਮ ਦਾ ਕਹਿ ਦਈਏ ਉਦੋਂ ਸਿਰ ਦਰਦ ਕਰਨ ਲੱਗ ਜਾਂਦਾ ਗਾ ਲੈ ਬੇਬੇ 10 ਮਿੰਟ ਹੀ ਫੋਨ ਚਲਾਇਆ ਜਦੋਂ ਮੈਂ ਕੰਮ ਕਰਦੀ ਹਾਂ ਉਹ ਤਾਂ ਤੁਹਾਨੂੰ ਦਿਖਦਾ ਨਹੀਂ ਹੈਗਾ ਜਦੋਂ ਮੈਂ ਫੋਨ ਯੂਜ਼ ਕਰਨ ਲੱਗ ਜਾਂਦੀ ਹਾਂ ਉਹ ਤੁਹਾਨੂੰ ਦਿਖ ਜਾਂਦਾ ਵੀ ਉਹ ਫੋਨ ਵਰਤਦੀ ਆ ਨਹੀਂ ਮੈਂ ਕੀ ਜਾਣਾ ਭਾਵੇਂ ਸਾਰਾ ਦਿਨ ਚੱਕੀ ਰੱਖਿਆ ਘਰ ਪਰ ਜਦੋਂ ਤੇਰਾ ਸਰਜਾ ਬੰਨ ਕੇ ਪੈ ਜਾਂਦੀ ਹੈਗੀ ਖੇ ਖਰਜੇ ਕਰਨ ਲੱਗ ਜਾਂਦੀ ਹੈਗੀ ਲੈ ਬੇਬੇ ਮੈਨੂੰ ਕੀ ਲੋੜ ਆ ਖੇਖਣ ਕਰਨ ਦੀ ਜੇ ਮੇਰਾ ਸਿਰ ਦੁਖਦਾ ਮੈਂ ਤਾਂ ਹੀ ਕਹਿੰਦੀ ਹਾਂ ਤੁਸੀਂ ਝੱਟ ਕਹਿ ਦਿੰਦੇ ਹੋ ਵੀ ਡਰਾਮੇ ਕਰਦੀ ਆ ਨਹੀਂ ਮੇਰੀ ਗੱਲ ਸੁਣ ਲੈ ਮੈਥੋਂ ਨਹੀਂ ਹੁਣ ਕੰਮ ਹੁੰਦਾ ਗਾ ਮੇਰੇ ਤਾਂ ਲੱਤਾਂ ਗੋਡੇ ਦਰਦ ਕਰੀ ਜਾਂਦੇ ਨੇਗੇ ਲੈ ਬੇਬੇ ਮੈਂ ਤੁਹਾਨੂੰ ਕਿਹਾ ਕੰਮ ਕਰਨ ਨੂੰ ਮੈਂ ਹੈਗੀ ਆ ਨਾ ਮੈਂ ਆਪੇ ਕਰ ਲੂੰਗੀ ਤੁਸੀਂ ਬਸ ਆਰਾਮ ਨਾਲ ਬਹਿ ਜਾਓ ਤੂੰ ਠਿਕਰਾ ਜਿਹਾ ਰੱਖ ਮੈਥੋਂ ਨਹੀਂ ਤੇਰੇ ਨਾਲ ਮੱਥਾ ਵੱਜਦਾ ਨਹੀਂ ਮੈਂ ਤਾਂ ਤੇਰੇ ਭਲੇ ਵਾਸਤੇ ਕਹਿੰਦੀ ਹਾਂ ਜਦੋਂ ਆ ਠਿਕਰਾ ਜਿਹਾ ਚੱਕ ਲੈਣੀ ਵੀ ਇਹਦੇ ਕਰਕੇ ਤੇਰਾ ਸਿਰ ਦੁਖਦਾ ਗਾ ਨਹੀਂ ਮੈਂ ਕੀ ਲੈਣਾ ਗਾ ਬੇਬੇ ਜੇ 10 ਮਿੰਟ ਫੋਨ ਮੈਂ ਚੱਕ ਲਿਆ ਕਿਧਰ ਹੀ ਨਹੀਂ ਕੁਝ ਹੁੰਦਾ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਆ ਐਵੇਂ ਨਾ ਸਿਰ ਖਪਾਈ ਕਰੀ ਜਾਇਆ ਕਰੋ ਸਾਰਾ ਦਿਨ ਨਾਲੇ ਮੁੰਡਾ ਭੁੱਖਾ ਗਿਆ ਰੋਟੀ ਤੋਂ ਜਾ ਕੇ ਰੋਟੀ ਬਣਾ ਲੈ ਬੇਬੇ ਤੂੰ ਵੀ ਬਸ ਕਿਹੜਾ ਸੁਣਦੀ ਆ ਮੈਂ ਹੀ ਕੰਮ ਕਰਦਾ ਹੁੰਦਾ ਗਾ ਤੂੰ ਹੀ ਬਸ ਕੰਮ ਕਰਦੀ ਸੁਣਦੀ ਆ ਸਾਰਾ ਦਿਨ ਆਏ 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 ਤਾਂ ਤਾਂ ਸਿਰ ਦੁਖਦਾ ਇਹਦਾ ਮੈਂ ਕੀ ਲੈਣਾ ਗਾ ਪਈ ਰਹਿਣ ਦੇ ਆਪ ਹੀ ਕਰੂਗੀ ਕੀ ਬਣਾਈ ਜਾਂਦੀ ਆ ਬੇਬੇ ਅੱਜ ਤੈਨੂੰ ਨਹੀਂ ਪਤਾ ਵੀ ਮੈਂ ਕੀ ਬਣਾਉਂ ਦਿਸਦੇ ਨਹੀਂ ਆਲੂ ਉਹ ਬੇਬੇ ਇੰਨਾ ਔਖਾ ਕਦੋਂ ਬੋਲਦੇ ਆ ਕੀ ਹੋ ਗਿਆ ਦੱਸਤਾ ਦੇ ਵੀ ਔਖਾ ਬੋਲਾ ਨਾ ਬੈਠ ਕੇ ਖਾਣ ਦੀ ਉਮਰ ਹੈ ਜਿਹੜੀ ਮਾਂ ਕੰਮ ਕਰੀ ਜਾਂਦੀ ਹੈਗੀ ਨਾ ਸਿਮਰ ਨਹੀਂ ਬਣਾਉਂਦੀ ਰੋਟੀ ਜਦੋਂ ਕੰਮ ਦਾ ਕਹਿ ਦਿੰਦੀ ਹੈ ਉਦੋਂ ਕਹਿ ਦਿੰਦੀ ਹੈ ਮੇਰਾ ਸਿਰ ਦੁਖਦਾ ਖੇਸ ਦੱਬੀ ਪਈ ਆ ਅੰਦਰ ਖੇਸ ਦੱਬੀ ਪਈ ਆ ਨਾ ਹੁਣ ਉਹਨੂੰ ਕੀ ਹੋ ਗਿਆ ਵੀ ਹੁਣ ਆ ਕੀ ਆ ਪੁੱਤ ਕੰਮ ਤੋਂ ਡਲਦੀ ਪਈ ਹੈਗੀ ਕਦੇ ਕਹੂਗੀ ਮੇਰਾ ਸਿਰ ਦੁਖਦਾ ਕਦੇ ਕਹੂਗੀ ਮੇਰਾ ਆਹ ਦੁਖਦਾ ਉਹ ਦੁਖਦਾ ਦੁਖਦਾ ਤੱਕਦਾ ਕੁਛ ਨਹੀਂ ਸਭ ਬਹਾਨੇ ਨੇਗੇ ਜਦੋਂ ਮੈਂ ਇਹਦੇ ਵਰਗੀ ਹੁੰਦੀ ਸੀ ਨਾ ਘਰ ਦਾ ਸਾਰਾ ਕੰਮ ਕਰਦੀ ਸੀਗੀ ਤੇ ਪੁੱਤ ਹੁਣ ਵੀ ਮੇਰੇ ਗੋਡੇ ਦੁਖਦੇ ਨੇ ਫਿਰ ਵੀ ਮੈਂ ਸਾਰਾ ਕੰਮ ਕਰਦੀ ਹਾਂ ਚੱਲ ਕੋਈ ਨਾ ਪੁੱਤ ਤੈਨੂੰ ਤਾਂ ਰੋਟੀ ਪਕਾ ਕੇ ਦਊ ਖਵਾਉਂਗੀ ਕਾਸੇ ਨਾਲ ਮੈਥੋਂ ਤਾਂ ਭੁੱਖਾ ਜਰਿਆ ਨਹੀਂ ਜਾਂਦਾ ਉਹਨੂੰ ਤਾਂ ਸਰ ਜਾਂਦਾ ਚੱਲ ਕੋਈ ਨਹੀਂ ਬੇਬੇ ਬਣਾ ਲਾ ਸਬਜ਼ੀ ਨੂੰ ਕੀ ਕੋਈ ਨਾ ਉਹਦਾ ਤਾਂ ਰੋਜ਼ ਦਾ ਡਰਾਮਾ ਹੈਗਾ
ਜਾ ਕਹਿ ਦੇ ਜਾ ਕੇ ਰੋਟੀ ਸਬਜ਼ੀ ਬਣਾ ਲੂਗੇ ਮੈਥੋਂ ਨਹੀਂ ਹੁਣ ਕੰਮ ਹੁੰਦਾ ਚੱਲ ਬੇਬੇ ਕਿਉਂ ਤੂੰ ਐਵੇਂ ਰੌਲਾ ਪਾਇਆ ਮੈਂ ਦੇਖਦਾ ਉਹਨੂੰ ਜਾ ਕੇ ਜਾ ਦੇਖ ਲੈ ਕੇਸ ਦੱਬੀ ਪਈ ਆ ਅੰਦਰ ਉਹ ਸਿਮਰ ਬਾਏ ਪੰਜੇ ਉਹ ਮੇਰਾ ਸਿਰ ਦੁਖਦਾ ਪਿਆ ਸੀਗਾ ਮੈਂ ਗੋਲੀ ਲੈ ਕੇ ਪਈ ਆ ਮੈਂ ਕਿਹਾ ਚੱਲ ਠੀਕ ਹੋ ਜੂਗਾ ਹੱਡ ਪੈਰ ਵੀ ਦੁਖੀ ਜਾਂਦੇ ਨੇ ਮੈਨੂੰ ਲੱਗਦਾ ਮੈਨੂੰ ਬੁਖਾਰ ਹੋਊਗਾ ਉਹ ਤੇਰਾ ਤਾਂ ਸਾਰਾ ਦਿਨ ਕਦੇ ਨਾ ਕਦੇ ਕੁਛ ਨਾ ਕੁਛ ਦੁਖਦਾ ਹੀ ਰਹਿੰਦਾ ਕਦੇ ਕਹਿੰਦੇ ਸਿਰ ਦੁਖਦਾ ਕਦੇ ਆਹ ਦੁਖਦਾ ਕਦੇ ਆਹ ਦੁਖਦਾ ਲੈ ਜੇ ਦੁਖਦਾ ਹੈ ਤਾਂ ਹੀ ਕਹਿੰਦੀ ਆ ਹੁਣ ਮੈਂ ਝੂਠ ਬੋਲਦੀ ਆ ਤੁਸੀਂ ਵੀ ਬਸ ਐਵੇਂ ਹੀ ਲੱਗ ਜਾਂਦੇ ਹੋ ਬੇਬੇ ਵਾਂਗ ਕੋਈ ਚੱਜ ਦੀ ਦਵਾਈ ਲੈ ਲੈ ਦਵਾਈ ਲੈ ਕੀ ਪਈ ਸੀ ਹੁਣ ਜੇ ਰੈਸਟ ਕਰੂੰਗੀ ਤਾਂ ਹੀ ਠੀਕ ਹੋਊਂਗੀ ਤੋ ਆ ਕੀ ਡਰਾਮਾ ਲਾਇਆ ਕਦੇ ਤੇਰਾ ਢਿੱਡ ਦੁਖਦਾ ਕਦੇ ਤੇਰਾ ਸਿਰ ਦੁਖਦਾ ਤੇਰਾ ਤਾਂ ਰੋਜ਼ ਦਾ ਡਰਾਮਾ ਹੋ ਗਿਆ ਡਰਾਮਾ ਤੁਹਾਨੂੰ ਲੱਗਦਾ ਕਿ ਮੈਂ ਡਰਾਮਾ ਕਰਦੀ ਆ ਤੇ ਹੋਰ ਯਾਰ ਡਰਾਮਾ ਹੀ ਆ ਹੋਰ ਕੀ ਆ ਇਹ ਤੁਸੀਂ ਸੋਚ ਵੀ ਕਿਵੇਂ ਸਕਦੇ ਹੋ ਕਿ ਮੈਂ ਡਰਾਮਾ ਕਰਦੀ ਆ ਜੇ ਮੇਰਾ ਦਰਦ ਹੁੰਦਾ ਪਿਆ ਮੈਂ ਤਾਂ ਹੀ ਕਹਿ ਰਹੀ ਆ ਹੋ ਰਿਹਾ ਤੇਰੇ ਦਰਦ ਤੇਰਾ ਤਾਂ ਨਿੱਤ ਦਾ ਕੰਮ ਹੋ ਗਿਆ ਮਾੜੀ ਮੋਟੀ ਕੋਈ ਦਵਾਈ ਲੈ ਕੇ ਕੰਮ ਕਰ ਲਿਆ ਕਰ ਕਿੰਨਾ ਕੁ ਚਿਰ ਕਰੀ ਜਾਊ ਬੇਬੇ ਸਾਰਾ ਦਿਨ ਲੈ ਮੈਂ ਅੱਗੇ ਕਿਹੜਾ ਕੰਮ ਨਹੀਂ ਕਰਦੀ ਹੈਗੀ ਜੇ ਕੁਝ ਦੁਖਦਾ ਪਿਆ ਤਾਂ ਹੀ ਪਈ ਆ ਮੈਂ ਸਾਰਾ ਦਿਨ ਹੀ ਦੁਖਦਾ ਰਹਿੰਦਾ ਕੁਛ ਨਾ ਕੁਛ ਜਾ ਕੇ ਕੰਮ ਕਰ ਲੈ ਐਵੇਂ ਨਾ ਮੇਰਾ ਦਿਮਾਗ ਖਰਾਬ ਕਰੀ ਜਾ ਇੱਥੇ ਬੈਠੀ ਕਰ ਲੈਂਦੀ ਆ ਮੈਂ ਕੰਮ ਸਾਰਾ ਦਿਨ ਸਿਰ ਦੁਖਦਾ ਇਹਦਾ ਕਦੇ ਕੁਛ ਦੁਖਦਾ ਦਿਮਾਗ ਖਰਾਬ ਕਰ ਰੱਖੇ ਨਹੀਂ ਇਹਨਾਂ ਨੂੰ ਤਾਂ ਮੇਰੀ ਪਰਵਾਹ ਹੀ ਨਹੀਂ ਹੈਗੀ ਇਹਨਾਂ ਨੂੰ ਤਾਂ ਬਸ ਕੰਮ ਹੀ ਚਾਹੀਦਾ ਕੰਮ ਤੱਕ ਮਤਲਬ ਆ ਚੱਲ ਮਨਾ ਕੰਮ ਤਾਂ ਕਰਨਾ ਹੀ ਪੈਣਾ ਜਿਵੇਂ ਕਰਮਾਂ 'ਚ ਲਿਖਿਆ ਭੋਗਣਾ ਪੈਣਾ ਸਿਮਰਨ ਅੰਦਰ ਸਬਜ਼ੀ ਚੀਰ ਕੇ ਰੱਖਤੀ ਮੈਂ ਰਸੋਈ 'ਚ ਤੇ ਤੜਕਾ ਲਾ ਲਈ ਮੈਂ ਕਿਹਾ ਤੇਰੀ ਸਿੰਦੋ ਮਾਸੀ ਦਾ ਪਤਾ ਲੈ ਕੇ ਆਉਂਦੇ ਉਹਨੇ ਪਾਥਰੀਆਂ ਦਾ ਆਪਰੇਸ਼ਨ ਕਰਾਇਆ ਗਾ ਠੀਕ ਹੈ ਬੇਬੀ ਜਾ ਰਹੀ ਹਾਂ ਹਾਂ ਮੈਂ ਜਾ ਕੇ ਆਉਂਦੀ ਕਿੰਨਾ ਦੁਖੀ ਜਾਂਦਾ ਸਵੇਰ ਦੀਆਂ 2 ਗੋਲੀਆਂ ਲੈ ਲਈਆਂ ਹਜੇ ਤੱਕ ਨਹੀਂ ਲੂਟ ਹੋਇਆ ਅਬ ਬੇਬੇ ਨੂੰ ਵੀ ਆਏ ਨਹੀਂ ਹੈਗਾ ਕਿ ਮਾੜਾ ਮੋਟਾ ਕੰਮ ਕਰਾ ਦਾ ਨਾਲ ਲੋਕਾਂ ਦੇ ਪਤੇ ਲੈਂਦੀ ਫਿਰਦੀ ਆ ਵੀ ਜਿਹੜਾ ਘਰੇ ਬਿਮਾਰ ਆ ਉਹਦੀ ਤਾਂ ਖਬਰ ਲੈ ਲਾ ਹੁਣ ਦੱਸ ਮੈਂ ਰੋਟੀ ਸਬਜ਼ੀ ਕਿਵੇਂ ਬਣਾਉਂਗੀ ਚੱਲ ਮੈਨੂੰ ਹੀ ਬਣਾਉਣੀ ਪੈਣੀ ਆ ਹੋਰ ਤਾਂ ਕਿਸੇ ਨੂੰ ਇੱਥੇ ਹੈ ਨਹੀਂ ਮੇਰੇ ਹੈਲੋ ਵਧੀਆ ਜੀਤੀ ਤੂੰ ਦੱਸ ਯਾਰ ਬਸ ਕੀ ਦੱਸਾਂ ਤੈਨੂੰ ਮੈਂ ਕਾਫੀ ਦਿਨ ਹੋ ਗਏ ਮੇਰਾ ਸਿਰ ਹੀ ਨਹੀਂ ਹਟਦਾ ਪਿਆ ਗੋਲੀਆਂ ਵੀ ਲੈਂਦੀ ਆ ਫਰਕ ਹੀ ਨਹੀਂ ਪੈਂਦਾ ਪਿਆ ਹੁਣ ਵੀ ਗੋਲੀ ਲੈ ਕੇ ਹਟੀ ਆ ਹਜੇ ਵੀ ਕੋਈ ਫਰਕ ਨਹੀਂ ਪਿਆ ਗੋਲੀ ਨਾਲ ਦੱਸ ਹਸਪਤਾਲ ਮੈਨੂੰ ਕੋਈ ਲੈ ਕੇ ਜਾਵੇ ਤਾਂ ਹੀ ਜਾਵਾਂ ਇਹ ਤਾਂ ਯਾਰ ਕੋਈ ਸੁਣਦਾ ਤਾਂ ਹੈ ਨਹੀਂ ਮੇਰੀ ਇਹਨਾਂ ਨੂੰ ਤਾਂ ਹੀ ਆ ਬਸ ਵੀ ਇਹ ਡਰਾਮੇ ਕਰਦੀ ਆ ਇਹਨੂੰ ਕੁਛ ਨਹੀਂ ਹੋਇਆ ਹਾਂ ਚੱਲ ਠੀਕ ਆ ਜੀਤੀ ਮੈਂ ਫਿਰ ਗੱਲ ਕਰਦੀ ਹਾਂ ਇਹਨਾਂ ਦੀ ਚਾਹ ਦਾ ਟਾਈਮ ਹੋ ਗਿਆ ਇਹ ਖੇਤ ਤੋਂ ਆਉਂਦੇ ਹੋਣਗੇ ਜੇ ਚਾਹ ਨਾ ਬਣਾਈ ਨਾ ਪਤਾ ਨਹੀਂ ਮੈਨੂੰ ਕਿੰਨੀਆਂ ਗੱਲਾਂ ਸੁਣਨੀਆਂ ਪੈਣੀਆਂ ਇਹਨਾਂ ਤੋਂ ਠੀਕ ਹੈ ਅੱਜ ਤਾਂ ਨਾ ਮੈਨੂੰ ਬਾਲੀ ਕਮਜ਼ੋਰੀ ਲੱਗੀ ਜਾਂਦੀ ਆ ਸਿਰ ਵੀ ਨਹੀਂ ਹਟਦਾ ਪਿਆ ਅੱਜ ਤਾਂ ਮੈਂ ਇਹਨਾਂ ਨੂੰ ਕਹਿੰਦੀ ਹਾਂ ਕਿ ਮੈਨੂੰ ਨਾ ਰਾਮਪੁਰਾ ਕੋਈ ਵਧੀਆ ਡਾਕਟਰ ਨੂੰ ਦਿਖਾਓ ਜਿਹਨਾਂ ਸਿਰ ਹੀ ਹਟ ਜੇ 2 ਮਹੀਨੇ ਹੋ ਗਏ ਸਿਰ ਨਹੀਂ ਹਟਦਾ ਪਿਆ ਕਿੰਨੀਆਂ ਕੁ ਗੋਲੀਆਂ ਖਾਈ ਜਾਊਂਗੀ ਮੈਂ ਬੇਬੇ ਆ ਗਏ ਤੁਸੀਂ ਹਾਂ ਪੁੱਤ ਆ ਗਈ ਨਾ ਮੈਂ ਥੱਕ ਗਈ ਤੂੰ ਚਾਹ ਬਣਾ ਕੇ ਦੇ ਤੂੰ ਮੇਰੇ ਕੋਲ ਮੈਂ ਹੁਣੇ ਚਾਹ ਤਰ ਕੇ ਆਈ ਆ ਬਸ ਦੁੱਧ ਹੀ ਪਾਉਣਾ ਹੈ ਮੈਂ ਲੈ ਕੇ ਆਉਂਦੀ ਲਿਆ ਚੰਗਾ ਪੁੱਤ ਲਿਆ
ਬੇਬੇ ਤਾਂ ਬੋਲਦੀ ਨੀ ਕੀ ਹੋ ਗਿਆ ਇਹਨੂੰ ਚੱਕ ਕਿਵੇਂ ਮਰਜ਼ੀ ਚੱਕ ਲੈ ਚੱਲ ਮੈਨੂੰ ਲੈ ਕੇ ਜਾਣਾ ਡਾਕਟਰ ਹਸਪਤਾਲ ਲੈ ਕੇ ਜਾ ਛੇਤੀ ਇਹ ਤਾਂ ਉੱਠਿਆ ਨੀ ਜਾਂਦਾ ਲੈ ਕੇ ਜਾ ਬਸ ਕਾਸੇ ਤੇ ਚੜਾ ਕੇ ਠੀਕ ਹੋਵੇ ਹਜੇ ਤੱਕ ਕੋਈ ਸੁਨੇਹਾ ਵੀ ਨਹੀਂ ਆਇਆ ਵੀ ਤੂੰ ਕਮਲਾ ਕਿਸੇ ਨੂੰ ਭੇਜ ਹੀ ਦੇ ਤੇਰੀ ਮਾਂ ਫਿਕਰ ਕਰਦੀ ਹੋਊਗੀ ਤਾਈ ਉਹ ਤਾਈ ਵੇ ਹਾਂ ਪੁੱਤ ਆ ਜਾ ਲੰਘਿਆ ਆ ਗਿਆ ਤਾਈ ਆ ਗਿਆ चाह लिया के दे चाह लैन चली सी चक्कर खा के डिग पी पुत मुड़ के सुरती नहीं आई ओ मैं बाई नू फोन लाया सीगा चाबी पुछनी सी मैं बाई कहना मैं हस्पताल चा कहना फिर फोन कर दा चाबी तो ठीक ठाक आ गए कोई ना ताई टेंशन ना ले आ जांदे बाई को रहना तो बहुत फिक्र हो गया सी पुत्र कोई ना ताई ले ताई ओ आ गए भाभी होरे भी शुक्र है परमात्मा दा ठीक ठाक आ गए पुत्र और ताई भाई किवें है भाभी हुन की दस्या डॉक्टर ने जा सिम को अंदर जाके आराम कर ले हां पाए जा भाई मैं तेनु कुछ पूछया सी दस्या नहीं सी कुछ ਬਾਈ ਤੇਰੀ ਭਾਬੀ ਨੂੰ ਬ੍ਰੇਨ ਟਿਊਮਰ ਹੈ ਬੇ ਉਹ ਕੀ ਹੁੰਦਾ ਮੈਨੂੰ ਵੀ ਕੁਝ ਦੱਸ ਦਿਓ ਇਹ ਕਿਹੜੀ ਨਵੀਂ ਬਿਮਾਰੀ ਆ ਗਈ ਕੁਛ ਨਹੀਂ ਹੋਇਆ ਕੰਮ ਕਰਨ ਦੀ ਮਾਰੀ ਕਰਦੀ ਆ ਬੇਬੇ ਹੁਣ ਤਾਂ ਬਸ ਕਰ ਉਹ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਹੈ ਉਹਨੂੰ ਦਿਮਾਗ ਦਾ ਕੈਂਸਰ ਆਗਾ ਰੱਬਾ ਇਹ ਕੀ ਕਹਿ ਰਿਹਾ ਤੂੰ ਕੋਈ ਨਾ ਬਾਈ ਹੌਸਲਾ ਰੱਖ ਤੂੰ ਠੀਕ ਹੋ ਜੂਗੀ ਭਾਬੀ ਪ੍ਰੀਤ ਕੁਝ ਨਹੀਂ ਠੀਕ ਹੋ ਸਕਦਾ ਡਾਕਟਰ ਕਹਿੰਦਾ ਸਿਮਰ ਥੋੜੇ ਕੁ ਦਿਨਾਂ ਦੀ ਹੈ ਭਾਈ ਆ ਖੜਕਾ ਕਾਦਾ ਭਾਈ ਹੌਲੀ ਕੋਈ ਸਿਮਰ ਭਾਈ ਦੇਖ ਕੀ ਹੋ ਗਿਆ ਸਿਮਰ ਨੂੰ ਹਾਂ ਪੁੱਤ ਸਿਮਰ ਨਾ ਭਾਈ ਬੋਲਦੇ ਕਿਉਂ ਨਹੀਂ ਪੁੱਤ ਇੱਕ ਮਿੰਟ ਭਾਈ ਭਾਬੀ ਨੇ ਕਿਹਾ ਮਾਂ ਇਹਦੀ ਜੇ ਮੌਤ ਦੇ ਜ਼ਿੰਮੇਵਾਰ ਆਪਾਂ ਹੈ ਜੇ ਆਪਾਂ ਇਹਦੀ ਤਕਲੀਫ ਨੂੰ ਸਮਝਿਆ ਹੁੰਦਾ ਤਾਂ ਨਾ ਅੱਜ ਆਹ ਕੰਮ ਨਾ ਹੁੰਦਾ ਆਪਾਂ ਨੂੰ ਤਾਂ ਐਂ ਲੱਗਦਾ ਸੀ ਵੀ ਡਰਾਮਾ ਕਰਦੀ ਹੈ ਜੇ ਤਾਂ ਪਹਿਲੇ ਦਿਨ ਤੋਂ ਇਹਦੀ ਤਕਲੀਫ ਨੂੰ ਸਮਝਿਆ ਹੁੰਦਾ ਤਾਂ ਇਹਦਾ ਇਲਾਜ ਕਰਾਇਆ ਹੁੰਦਾ ਅੱਜ ਇਹ ਜਿੰਦਾ ਹੁੰਦੀ ਪੁੱਤ ਮੈਂ ਕਿਹੜਾ ਇਹਨੂੰ ਪਿਆਰ ਨਹੀਂ ਸੀ ਕਰਦੀ ਮੈਨੂੰ ਤਾਂ ਇਹ ਸੀ ਮੋਬਾਈਲ ਦੇਖਦੀ ਹੈਗੀ ਤਾਂ ਇਹਦਾ ਸਿਰ ਦਰਦ ਹੁੰਦਾ ਗਾ ਮੈਨੂੰ ਪਿਛਲੀ ਬਿਮਾਰੀ ਦਾ ਕੀ ਪਤਾ ਸੀ ਪੁੱਤ ਵੀ ਇਹ ਦੁਨੀਆਂ ਤੋਂ ਹੀ ਭੱਗ ਜੂਗੀ ਦੇਖ ਲਾ ਮਾਂ ਇਹ ਕਿੱਡੀ ਵੱਡੀ ਤਕਲੀਫ ਨੂੰ ਵਿਚਾਰੀ ਅੰਦਰੋਂ ਅੰਦਰ ਹੀ ਲਈ ਬੈਠੀ ਸੀ ਹਾਏ ਚੰਦਰਕੇ ਇੱਕ ਵਾਰੀ ਤਾਂ ਦੱਸ ਦਿੰਦੇ ਮੈਨੂੰ ਤੁਹਾਡੇ ਵਰਗੇ ਪਤਾ ਨਹੀਂ ਕਿੰਨੇ ਕੁ ਲੋਕ ਇਹ ਗਲਤੀ ਕਰਦੇ ਨੇ ਬਾਈ ਜਿੰਨਾ ਚਿਰ ਨੂੰ ਆਪਣੀ ਤਕਲੀਫ ਤੇ ਬਿਮਾਰੀ ਨੂੰ ਲੁਕੋ ਕੇ ਤੁਰੀ ਫਿਰੇ ਨਾ ਉਹਨਾਂ ਚਿਰ ਤਾਂ ਠੀਕ ਆ ਬਾਈ ਤੇ ਜਦੋਂ ਇਹ ਥੱਕ ਹਾਰ ਕੇ ਮੰਜੇ ਤੇ ਪੈ ਜਾਂਦੀਆਂ ਨਾ ਤਾਂ ਤਾਈ ਆਪਾਂ ਨੂੰ ਲੱਗਦਾ ਇਹ ਡਰਾਮਾ ਕਰਦੀਆਂ ਨੇ ਹਾਂ ਪੁੱਤ ਅਸੀਂ ਇਹਦੀ ਬਿਮਾਰੀ ਨੂੰ ਸਮਝੇ ਨਹੀਂ ਤਾਂ ਹੀ ਤਾਂ ਅਸੀਂ ਇੱਥੋਂ ਤੱਕ ਪਹੁੰਚ ਗਏ ਦੀ ਮੌਤ ਹੋ ਗਈ ਜੇ ਅਸੀਂ ਇਹਦੀ ਬਿਮਾਰੀ ਸਮਝੇ ਹੁੰਦੀ ਤਾਂ ਕਾਹਨੂੰ ਇਹ ਨਸੀਬਤਾਂ ਦੇਖਣੀਆਂ ਪੈਂਦੀਆਂ ਸਹੀ ਗੱਲ ਹੈ ਬੇਬੇ ਆਪਾਂ ਤਾਂ ਜਮਾਂ ਪੱਟੇ ਗਏ ਪੁੱਤ ਮੈਨੂੰ ਮਾਫ ਕਰਦੀ ਮੈਂ ਇਹਨੂੰ ਡਰਾਮੇ ਦੱਸਦੀ ਰਹੀ ਮੈਨੂੰ ਨਹੀਂ ਪਤਾ ਵੀ ਇੱਥੋਂ ਤੱਕ ਗੱਲ ਪਹੁੰਚ ਜੂਗੀ ਬੇਬੇ ਤੇਰਾ ਕੱਲੀ ਦਾ ਕਸੂਰ ਨਹੀਂ ਹੈ ਕਸੂਰ ਮੇਰਾ ਵੀ ਹੈ ਤੇਰੇ ਨਾਲ ਤਾਈ ਇਹ ਕੱਲੇ ਛੋਡੇ ਘਰ ਦੀ ਕਹਾਣੀ ਨਹੀਂ ਇਹ ਬਹੁਤ ਘਰਾਂ ਦੀ ਕਹਾਣੀ ਹੈ ਤਾਈ ਘਰ ਦੀਆਂ ਨੂੰਹਾਂ ਦਾ ਵੀ ਕੋਈ ਨਾ ਕੋਈ ਦੁੱਖ ਸਕਦਾ ਆਖਰ ਇਹ ਵੀ ਤਾਂ ਇਨਸਾਨ ਨੇ ਬਾਈ
जे तेरी मां दे गोडे दुख सकदे आ तां भाभी दा सिर नहीं दुख सकदा। बहुत गलत कीता तुसी दोनों ने, बहुत गलत। पुत्त सानू माफ कर दो धीए, ताई हुण कोई फायदा नहीं माफ दा। ਇਹ ਤਾਂ ਤੁਸੀਂ ਪਹਿਲਾਂ ਦੇਖਣਾ ਸੀ ਭਾਬੀ ਦੀ ਬਿਮਾਰੀ ਨੂੰ, ਜੇ ਬਿਮਾਰੀ ਸਮਝਿਆ ਹੁੰਦਾ ਤੁਸੀਂ। ਪੁੱਤ ਮੈਂ ਤਾਂ ਇਹਨੂੰ ਕਹਿੰਦੀ ਰਹੀ ਆ ਵੀ ਇਹਦਾ ਟੀਕਾ ਲਵਾ ਲਿਆ, ਟੀਕਾ ਲਵਾ ਲਿਆ। ਚੰਦਰੀ ਟੀਕਾ ਹੀ ਨਹੀਂ ਸੀ ਲਵਾਉਂਦੀ, ਸਾਡੇ ਕੀ ਸਾਰੇ ਦੀ ਗੱਲ ਬਾਈ। ਹੁਣ ਤਾਂ ਜਿਹੜਾ ਕੁਛ ਹੋਣਾ ਸੀ ਹੋ ਗਿਆ, ਰਿਸ਼ਤੇਦਾਰਾਂ ਨੂੰ ਫੋਨ ਕਰ ਤੇ ਆਪਦੇ ਸਹੁਰਿਆਂ ਨੂੰ ਫੋਨ ਕਰਦੇ ਬਾਈ, ਆ ਜਾਣਗੇ। ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਹਾਂਜੀ, ਹਰ ਇੱਕ ਘਰ ਦੀ ਕਹਾਣੀ ਹੁੰਦੀ ਆ ਕਿ ਅਸੀਂ ਤਾਂ ਇੱਕ ਐਂ ਸਮਝਾਉਣਾ ਚਾਹੀਦਾ ਵੀ ਘਰ ਦੇ ਵਿੱਚ ਤਵਾਕ ਰੱਖਣਾ ਚਾਹੀਦਾ, ਨੂੰਹ ਧੀ ਦੀ ਗੌਰ ਰੱਖਣੀ ਚਾਹੀਦੀ ਆ, ਉਹਨਾਂ ਨੂੰ ਦਵਾਈ ਬੂਟੀ ਦੇਣੀ ਚਾਹੀਦੀ ਆ ਕਿ ਉਹਨਾਂ ਦਾ ਦੁੱਖ ਸਮਝਣਾ ਚਾਹੀਦਾ। ਆਪਾਂ ਅਨਗਰਜੀ ਨਾ ਕਰੋ, ਕਿਉਂਕਿ ਆਪਾਂ ਸਾਰੇ ਪਰਿਵਾਰ ਵਾਲੇ ਹਾਂ, ਪਰਿਵਾਰ ਦੇ ਵਿੱਚ ਵਧੀਆ ਰਹੀਏ ਤਾਂ ਕੁਛ ਵਧੀਆ ਹੋ ਜਾਂਦਾ ਗਾ। ਨਹੀਂ ਤਾਂ ਜੋ ਅਸੀਂ ਵੀਡੀਓ 'ਚ ਦਿਖਾਇਆ ਇਹ ਅਸੀਂ ਕੁਛ ਕਹਾਣੀ ਦਿਖਾਈ ਹੈ ਕੋਈ ਬੀਤੀ। ਥੈਂਕ ਯੂ।